ਸ਼੍ਰੀਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਮਿਕਸ ਪੰਜਾਬੀ ਚੈਨਲ 'ਤੇ। ਅੱਜ ਆਪਾਂ ਬੇਸਣ ਦੀਆਂ ਲੂਣ ਵਾਲੀਆਂ ਪਕੌੜੀਆਂ ਬਣਾਵਾਂਗੇ, ਨਮਕੀਨ ਪਕੌੜੀਆਂ। ਇਹ ਬੇਸਣ ਲੈ ਲੈਣਾ 300 ਗ੍ਰਾਮ ਬੇਸਣ, ਥੋੜ੍ਹਾ ਜਿਹਾ ਦੇਸੀ ਘਿਓ ਪਾਵਾਂਗੇ 2-3 ਚਮਚੇ। ਆਪਾਂ ਤੇਲ ਵੀ ਪਾ ਸਕਦੇ ਹਾਂ, ਰਿਫਾਇੰਡ ਕੁਛ ਵੀ ਆਪਣੇ ਕੋਲ। ਅਤੇ ਨਮਕ ਪਾਵਾਂਗੇ ਆਪਾਂ ਥੋੜ੍ਹਾ ਜਿਹਾ, 1/2 ਚਮਚਾ ਨਮਕ ਦਾ ਪਾਵਾਂਗੇ। ਅਤੇ ਅਜਵਾਇਣ, ਇਹ ਮੈਂ ਮਲ ਕੇ ਰੱਖ ਲਈ ਸੀ, ਥੋੜ੍ਹੀ ਜਿਹੀ ਹੱਥ 'ਤੇ ਪਾ ਕੇ ਨਾ ਇਸ ਤਰ੍ਹਾਂ ਮਲ ਲਈ ਸੀਗੀ। ਅਜਵਾਇਣ ਅਤੇ ਲਾਲ ਮਿਰਚ ਪਾਵਾਂਗੇ। ਜੇ ਤੁਸੀਂ ਬੱਚਿਆਂ ਵਾਸਤੇ ਬਣਾਓ ਤਾਂ ਤੁਸੀਂ ਕਾਲੀ ਮਿਰਚ ਪਾ ਸਕਦੇ ਹਾਂ, ਲਾਲ ਮਿਰਚ ਨਾ ਪਾਇਓ। ਨਮਕ ਅਤੇ ਕਾਲੀ ਮਿਰਚ, ਅਤੇ ਆਪਾਂ ਅਜਵਾਇਣ ਅਤੇ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ। ਅਤੇ 1 ਚਮਚ ਆਪਾਂ ਲੂਣ ਦਾ ਪਾਵਾਂਗੇ। ਬਹੁਤ ਹੀ ਸੌਖੀਆਂ ਬਣਾਉਣੀਆਂ ਅਤੇ ਸਮਾਨ ਵੀ ਜ਼ਿਆਦਾ ਨਹੀਂ ਲੱਗਦਾ ਇਹਦੇ 'ਤੇ। ਇਹ ਰਿਕੁਐਸਟਡ ਵੀਡੀਓ ਆ ਸਾਡੀ ਅੱਜ ਦੀ। ਇਹਦੀ ਰਿਕੁਐਸਟ ਆਈ ਸੀ ਮੇਰੀ ਭੈਣ ਗੁਰਵੀਰ ਕੌਰ ਕਨੇਡਾ ਤੋਂ, ਉਹਨਾਂ ਨੇ ਦੱਸਿਆ ਸੀ ਵੀ, ਕਿਹਾ ਸੀ ਸਾਨੂੰ ਤੁਸੀਂ ਪਕੌੜੀਆਂ ਬਣਾ ਕੇ ਦਿਖਾਓ ਸਾਨੂੰ ਲੂਣ ਵਾਲੀਆਂ। ਅਤੇ ਅਸੀਂ ਅੱਜ ਬੇਸਣ ਦੀਆਂ ਪਕੌੜੀਆਂ ਬਣਾ ਰਹੇ ਜੀ ਲੂਣ ਵਾਲੀਆਂ। ਅਤੇ ਹੁਣ ਆਪਾਂ ਪਾਣੀ ਪਾਵਾਂਗੇ। ਲੂਣ ਇਹਦੇ 'ਚ ਜ਼ਿਆਦਾ ਨਾ ਪਾਇਓ, ਬਸ ਥੋੜ੍ਹਾ ਪਾਇਓ, ਕਿਉਂਕਿ ਜ਼ਿਆਦਾ ਨਮਕੀਨ ਬਣ ਜਾਂਦੀਆਂ, ਫਿਰ ਜ਼ਿਆਦਾ ਲੂਣ ਹੋ ਜਾਂਦਾ ਫਿਰ ਵਧੀਆ ਨਹੀਂ ਲੱਗਦੀਆਂ। ਅਤੇ ਥੋੜ੍ਹਾ ਜਿਹਾ 2 ਚਮਚੇ ਦੇਸੀ ਘਿਓ ਦੇ ਮੇਰੇ ਕੋਲ, ਇਹ ਪਾਲੋ ਨਾਲ ਦੇ ਨਾਲ। ਮੈਂ ਇਹਦੀ ਥਾਂ 'ਤੇ ਅਸੀਂ ਰਿਫਾਇੰਡ ਤੇਲ ਕੁਛ ਵੀ ਪਾ ਸਕਦੇ ਹਾਂ। ਇਹ ਆਪਾਂ ਜ਼ਿਆਦਾ ਸਖਤ ਨਹੀਂ ਆਟਾ ਗੁੰਨਣਾ, ਨੋਰਮਲ ਜਿਹੀ ਗੁੰਨਣਾ, ਜਿਵੇਂ ਆਪਾਂ ਰੋਟੀ ਦਾ ਆਟਾ ਗੁੰਨਦੇ ਹਾਂ, ਬਸ ਇਸ ਤਰ੍ਹਾਂ ਹੀ ਬਣਾ ਲਵਾਂਗੇ ਆਪਾਂ। ਲਓ ਜੀ, ਬੇਸਣ ਤਿਆਰ ਆ ਆਪਣਾ। ਇਹ ਵਾਹਦਾ ਜ਼ਿਆਦਾ ਟਾਈਮ ਨਹੀਂ ਮਲਣਾ ਇਹਨੂੰ, ਮਤਲਬ ਇਹ ਨੋਰਮਲ ਜਿਹੀ 'ਚ ਬਣ ਜਾਂਦਾ, ਜਲਦੀ ਬਣ ਜਾਂਦਾ ਇਹ। ਅਤੇ ਬਸ ਪਾਣੀ ਪਾਇਆ ਨਾਲ ਦੇ ਨਾਲ ਇਹ ਸੈੱਟ ਹੋ ਜਾਂਦਾ, ਕੋਈ ਜ਼ਿਆਦਾ ਮਲਣ ਦੀ ਲੋੜ ਨਹੀਂ ਹੈਗੀ ਇਹਨੂੰ। ਅਤੇ ਦੇਖੋ ਇਹ ਤਿਆਰ ਹੋ ਗਿਆ ਆਪਣਾ। ਅਤੇ ਹੁਣ ਆਪਾਂ ਇਹ ਝਾਰਨੀ ਲੈ ਲਈ ਆ, ਇੱਕ ਤਾਂ ਮੈਂ ਇਹ ਵਾਲੀ ਝਾਰਨੀ ਆ, ਇੱਕ ਮੇਰੇ ਕੋਲ ਇਹ ਵਾਲੀ, ਮੈਂ ਦੋਨਾਂ 'ਚ ਚੈੱਕ ਕਰੂੰਗੀ ਇਸ ਤਰ੍ਹਾਂ ਵਧੀਆ ਲੱਗੀਆਂ ਪਕੌੜੀਆਂ ਬਣਦੀਆਂ ਮੈਨੂੰ, ਉਸ 'ਚ ਮੈਂ ਬਣਾਉਂਗੀ। ਕੋਈ ਵੀ ਤੁਹਾਡੇ ਕੋਲ ਛੋਟੀ ਹੋਵੇ ਤਾਂ ਉਸ 'ਚ ਵੀ ਬਣ ਜਾਂਦੀਆਂ, ਕੋਈ ਵੀ ਹੋਈ ਘਰ ਵਿੱਚ ਆਪਣੇ, ਤਾਂ ਉਸ ਤਰ੍ਹਾਂ ਤੁਸੀਂ ਇੱਕ ਵਾਰੀ ਬਣਾ ਕੇ ਟਰਾਈ ਕਰ ਲਿਓ। ਇੱਧਰ ਆਪਣਾ ਤੇਲ, ਆਪਾਂ ਤੇਲ 'ਚ ਬਣਾਵਾਂਗੇ ਜੀ, ਸਰ੍ਹੋਂ ਦੇ ਤੇਲ 'ਚ, ਤੁਸੀਂ ਰਿਫਾਇੰਡ 'ਚ ਵੀ ਬਣਾ ਸਕਦੇ ਹਾਂ। ਅਤੇ ਤੇਲ ਹੈ ਨਾ, ਇੱਕ ਵਾਰੀ ਇਹਨੂੰ ਗਰਮ ਕਰ ਲਈ ਪਹਿਲਾਂ, ਗਰਮ ਕਰਕੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਠੰਡਾ ਹੋ ਦੇ, ਘੱਟ ਕਰ ਦਿਉ ਅੱਗ, ਫਿਰ ਵਧੀਆ ਬਣਦੀਆਂ, ਕਿਉਂਕਿ ਫਿਰ ਉਸ ਤੋਂ ਬਾਅਦ ਇੱਕ ਸੇਕ ਘੱਟ ਰੱਖੇ। ਜੇ ਜ਼ਿਆਦਾ ਅੱਗ 'ਤੇ ਆਪਾਂ ਪਕੌੜੀਆਂ ਸਿੱਟਾਂਗੇ ਤਾਂ ਇੱਕ ਵਾਰੀ ਜਲਦੀ ਜਲਦੀ ਸੜ ਜਾਣ। ਇੱਕ ਵਾਰੀ ਆਪਾਂ ਪਾ ਕੇ ਦੇਖ ਲੈਂਦੇ ਥੋੜ੍ਹਾ ਇਹਦੇ ਵਿੱਚ, ਕਿਉਂਕਿ ਪਤਾ ਲੱਗ ਜੂ ਆਪਾਂ ਨੂੰ ਗਰਮ ਹੋ ਗਿਆ। ਦੇਖੋ ਚੰਗੀ ਤਰ੍ਹਾਂ ਗਰਮ ਹੋ ਗਿਆ, ਕਿਉਂਕਿ ਉੱਪਰ ਆ ਗਿਆ। ਹੁਣ ਆਪਾਂ ਥੋੜ੍ਹਾ ਜਿਹਾ ਹਲਕਾ ਜਿਹਾ ਠੰਡਾ ਹੋਣ ਦਿਆਂਗੇ, ਅਤੇ ਫਿਰ ਮੱਠੀ ਮੱਠੀ ਅੱਗ 'ਤੇ ਬਣਾਵਾਂਗੇ, ਜ਼ਿਆਦਾ ਸੇਕ 'ਤੇ ਨਹੀਂ ਬਣਾਉਣੀਆਂ, ਘੱਟ ਸੇਕ 'ਤੇ ਬਣਾਵੇ, ਤਾਂ ਫਿਰ ਵਧੀਆ ਪੱਕ ਜਾਂਦੀਆਂ, ਪੂਰੀਆਂ ਕੁਰਕਰੀਆਂ ਬਣ ਲਈਆਂ ਇਹ। ਇਸ ਤਰ੍ਹਾਂ ਹੱਥ ਨੂੰ ਤੇਲ ਲਾ ਕੇ ਨਾ ਪਪੇੜੇ ਇਸ ਤਰ੍ਹਾਂ ਲੈ ਲਾਂਗੇ ਇਸ ਨੂੰ, ਬੇਸਣ ਨੂੰ ਇਸ ਤਰ੍ਹਾਂ। ਇਹ ਝਾਰਨੀ ਆਪਣੇ ਕੋਲ, ਦੇਖੋ ਆਪਾਂ ਇਸ ਤਰ੍ਹਾਂ ਮਲਾਂਗੇ ਇਹਨੂੰ। ਇਸ ਤਰ੍ਹਾਂ ਆਪਾਂ ਹੱਥ ਨਾਲ ਮਲ ਮਲ ਕੇ ਝਾਰਨੇ ਦੇ ਉੱਪਰ ਅਤੇ ਬਣਾ ਲੈਣੀਆਂ ਪਕੌੜੀਆਂ। ਬਸ ਅੱਗ ਦਾ ਧਿਆਨ ਰੱਖਣਾ ਤੁਸੀਂ,
ਵੀ ਅੱਗ ਆਪਣੀ ਨਾ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇੱਕ ਵਾਰੀ ਤੇਲ ਗਰਮ ਕਰਿਓ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹਲਕਾ ਜਿਹਾ ਠੰਡਾ ਹੋਣ ਦਿਓ ਅਤੇ ਅੱਗ ਦੇਖ ਸਕਦੇ ਹੋ ਤੁਸੀਂ ਬਿਲਕੁਲ ਹੀ ਸੇਕ ਘੱਟ ਆ ਹੈ ਨਾ। ਤੁਸੀਂ ਗੈਸ 'ਤੇ ਵੀ ਬਣਾਓਗੇ ਤਾਂ ਘੱਟ ਸੇਕ ਕਰ ਲਿਓ। ਆਹ ਦੇਖੋ ਪਕੌੜੀਆਂ ਬਣ ਗਈਆਂ ਆਪਣੀਆਂ। ਚੰਗੀ ਤਰ੍ਹਾਂ ਪਕਾ ਲਿਓ ਤੁਸੀਂ ਇਹਨੂੰ, ਫਿਰ ਵਧੀਆ ਕੁਰਕਰੀਆਂ ਪਕੌੜੀਆਂ ਬਣਨੀਆਂ ਜਿਸ ਤਰ੍ਹਾਂ ਆਪਾਂ ਬਾਜ਼ਾਰ 'ਚੋਂ ਲੈ ਕੇ ਆਉਂਦੇ ਨਾ ਉਸ ਤਰ੍ਹਾਂ ਬਣਨੀਆਂ। ਲਓ ਜੀ ਪਕੌੜੀਆਂ ਬਣ ਗਈਆਂ ਆਪਣੀਆਂ ਦੇਖੋ। ਹੁਣ ਆਪਾਂ ਬਾਹਰ ਕੱਢ ਲੈਂਦੇ ਹਾਂ। ਇੱਕ ਵਾਰੀ ਮੈਂ ਇਸ ਪੋਣੇ 'ਤੇ ਕੱਢ ਲੈਂਦੀ ਹਾਂ, ਜਿਹੜਾ ਕੋਈ ਤੇਲ ਹੋਇਆ ਉਹ ਪੋਣੇ ਨੂੰ ਲੱਗ ਜੂਗਾ ਅਤੇ ਉਸ ਤੋਂ ਬਾਅਦ ਆਪਾਂ ਪਲੇਟ 'ਚ ਪਾ ਲਵਾਂਗੇ। ਲਓ ਜੀ ਹੁਣ ਆਪਾਂ ਇਸ ਝਾਰਨੀ ਨਾਲ ਕੱਢ ਕੇ ਦੇਖਦੇ ਹਾਂ। ਇਸ ਤਰ੍ਹਾਂ ਨਾ ਐਂ ਮਲਣਾ ਪਵੇ ਨੂੰ ਹੱਥ, ਫਿਰ ਚੰਗੀ ਤਰ੍ਹਾਂ ਅਸੀਂ ਨਿਕਲਦੀਆਂ ਵਿੱਚ ਇਸ ਨਾਲ ਥੋੜ੍ਹੀਆਂ ਬਰੀਕ ਬਣਨੀਆਂ। ਉਹ ਦੇਖ ਸਕਦੇ ਤੁਸੀਂ ਇਹ 'ਚ ਬਰੀਕ ਬਣਦੀਆਂ, ਉਹ ਪਕੌੜੀਆਂ ਮੋਟੀਆਂ ਬਣਦੀਆਂ, ਜਿਵੇਂ ਭੁਜੀਆ ਹੁੰਦਾ ਆਪਣੇ ਕੋਲ ਮੋਟਾ, ਆਪਾਂ ਉਸ ਤਰ੍ਹਾਂ ਬਣਦੀਆਂ ਇਹਦੇ ਨਾਲ। ਲਓ ਜੀ ਇਹ ਬਰੀਕ ਬਣ ਗਈਆਂ ਪਕੌੜੀਆਂ ਆਪਣੀਆਂ, ਤੁਸੀਂ ਜਿਹੜੀਆਂ ਮਰਜ਼ੀ ਬਣਾ ਸਕਦੇ ਹੋ ਝਾਰਨ ਦੇ ਹਿਸਾਬ ਨਾਲ, ਮੋਟੀਆਂ ਵੀ ਅਤੇ ਬਰੀਕ ਵੀ। ਲਓ ਜੀ ਆਪਾਂ ਇਹ ਵੀ ਕੱਢ ਲਈਆਂ, ਦੇਖੋ ਇਹ ਤਾਂ ਬਰੀਕ ਬਣ ਗਈਆਂ ਪਕੌੜੀਆਂ ਆਪਣੀਆਂ, ਅਤੇ ਦੂਜੀਆਂ ਆਪਣੀਆਂ ਥੋੜ੍ਹੀਆਂ ਮੋਟੀਆਂ ਬਣ ਗਈਆਂ। ਆਪਾਂ ਦੋਨੇ ਸਾਈਜ਼ ਦੀਆਂ ਦਿਖਾਈਆਂ ਤੁਹਾਨੂੰ ਕੱਢ ਕੇ। ਆਪਣੇ ਆਪ ਹੀ ਇਹ ਨੀਚੇ ਡਿੱਗ ਹੀ ਜਾਣਗੇ ਦੇਖੋ। ਆਪਾਂ ਇਸ ਤਰ੍ਹਾਂ ਮਸ ਲਈ ਜਾਣਾ ਇਹਨੂੰ, ਝਾਰਨੇ ਦੇ ਉੱਪਰ ਰੱਖ ਕੇ ਆਪਣਾ ਵੇਸਣ। ਲਓ ਜੀ ਆਪਾਂ ਇਸ ਤਰ੍ਹਾਂ ਹੀ ਸਾਰੀਆਂ ਪਕੌੜੀਆਂ ਬਣਾ ਲਾਂਗੇ, ਦੇਖੋ ਕਿੰਨੀਆਂ ਵਧੀਆ ਬਣਦੀਆਂ। ਲਓ ਜੀ ਪਕੌੜੀਆਂ ਬਣ ਗਈਆਂ ਆਪਣੀਆਂ, ਦੇਖੋ ਆਪਾਂ ਇਸ ਤਰ੍ਹਾਂ ਸਾਰੀਆਂ ਬਣਾ ਲਾਂਗੇ।
ਲਓ ਜੀ ਦੇਖੋ, ਜਿਵੇਂ ਆਪਾਂ ਬਾਜ਼ਾਰ ਚਲੇ ਹੋਣੇ ਉਸ ਤਰ੍ਹਾਂ ਕੁਰਕਰੀਆਂ ਬਣੀਆਂ ਪੂਰੀਆਂ ਪਕੌੜੀਆਂ, ਲੈ ਦੇਖ ਸਕਦੇ ਹੋ ਤੁਸੀਂ, ਜ਼ਰੂਰ ਬਣਾਇਓ ਘਰ ਵਿੱਚ ਬੇਸਣ ਦੀਆਂ ਨਮਕੀਨ ਪਕੌੜੀਆਂ। ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਕੇ ਸਾਨੂੰ ਜ਼ਰੂਰ ਦੱਸਿਓ। ਲਓ ਜੀ ਦੇਖੋ ਕਿੰਨੀਆਂ ਕੁਰਕਰੀਆਂ ਬਣੀਆਂ, ਵਧੀਆ, ਜ਼ਰੂਰ ਟਰਾਈ ਕਰਿਓ ਤੁਸੀਂ ਵੀ, ਘਰ ਵਿੱਚ ਜ਼ਰੂਰ ਬਣਾਇਓ।